अच्छा पाजी ਤੁਹਾਡੀ ਨਾ ਇੱਕ ਫਿਲਮ ਆਣੀ ਸੀ ਦਲਜੀਤ ਪਾਜੀ ਨਾਲੀ ਪੰਜਾਬ 95 ਉਹ ਫਿਲਮ ਛੂਟ ਵੀ ਹੋ ਗਈ ਸਾਰਾ ਕੁਛ ਨਾ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਵੇ ਤੇ ਬਾਈਓ ਤੇ ਬਾਰੇ ਮੈਨੂੰ ਪਤਾ ਤੁਸੀਂ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ ਪਰ ਜਿੰਨੀ ਕਰ ਸਕਦੇ ਦੱਸੋ ਉਸ ਫਿਲਮ ਬਾਰੇ ਕੁਛ ਉਹ ਫਿਲਮ ਕਾਤੋਂ ਰੁਕੀ ਕਿਹਨਾਂ ਦੇ ਉੱਤੇ ਸੀ ਤੁਹਾਡਾ ਕੀ ਰੋਲ ਸੀ ਜੇ ਕੁਛ ਉਹ ਬਹੁਤ ਸੋਹਣੀ ਬਣੀ ਆ ਫਿਲਮ ਮੈਂ ਦਲਜੀਤ ਪਾਜੀ ਮੈਂ ਮਿਲਿਆ ਵੀ ਸੀਗਾ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਆ ਨਾ ਮੈਨੂੰ ਇਹ ਲੱਗਦਾ ਕਿ ਵਨ ਆਫ ਦੀ ਮੇਰੇ ਕੈਰੀਅਰ ਦੀ ਬੈਸਟ ਫਿਲਮ ਆ ਨਾ ਤੇ ਯਾਰ ਰੌਮਟੇ ਖੜੇ ਹੁੰਦੇ ਆ ਉਹਨੂੰ ਫਿਲਮ ਨੂੰ ਦੇਖ ਕੇ ਜਦੋਂ ਮੈਂ ਦੇਖੀ ਸੀਗੀ ਡਬਿੰਗ ਦੇ ਵਿੱਚ ਹਨਾ ਸੋ ਦਲਜੀਤ ਪਾਜ ਨੇ ਵੀ ਇਸ ਚੀਜ਼ ਨੂੰ ਦੇਖਿਆ ਕਿ ਯਾਰ ਬਹੁਤ ਸੋਹਣੀ ਫਿਲਮ ਬਣੀ ਆ ਹਨਾ ਪਰ ਹਰ ਕੰਟਰੀ ਦੇ ਇੱਕ ਆਪਣੇ ਪ੍ਰੋਟੋਕੋਲ ਹੁੰਦੇ ਆ ਹਨਾ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਕੋਈ ਪਰਸਨਲ ਏਜੰਡਾ ਨਾ ਹੋਵੇ ਇਸ ਕਰਕੇ ਅਜੇ ਫਿਲਮ ਉਹ ਸੈਂਸਰ ਚ ਹੈ ਤੇ ਸੈਂਸਰ ਦੇ ਕੁਝ ਆਪਣੇ ਰੂਲ ਨੇ ਹਨਾ ਹਰ ਕੰਟਰੀ ਦੇ ਵੱਖੋ ਵੱਖਰੇ ਨੇ ਤੇ ਮੈਨੂੰ ਉਮੀਦ ਹੈ ਕਿ ਉਹ ਫਿਲਮ ਛੇਤੀ ਆਜੂਗੀ ਨਹੀਂ ਨਹੀਂ ਅਸੀਂ ਵੀ ਬੜੀ ਬੇਸਬਰੀ ਨਾਲ ਉਹਦੀ ਵੇਟ ਕਰ ਰਹੇ ਆ ਕਿ ਫਿਲਮ ਆਵੇ